ਮੋਗਾ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਛਾਪੇਮਾਰੀ ਕਰਨੀ ਪੁਲਿਸ ਨੂੰ ਉਸ ਵੇਲੇ ਭਾਰੀ ਪੈ ਗਈ ਜਦੋਂ ਹੋਟਲ ਦੇ ਮਾਲਕ ਤੇ ਰਿਸ਼ਤੇਦਾਰ ਨੇ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਤੇ ਪੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ। ਇਸ ਮਾਮਲੇ ਦੀ ਜਾਂਚ ਮੋਗਾ ਦੇ DSPCT ਗੋਵਿੰਦਰ ਸਿੰਘ ਕਰ ਰਹੇ ਨੇ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਥਾਣਾ ਚੜਿਕ ਦੇ ਇੰਚਾਰਜ ਹੈਰੀ ਬੁਪਾਰਾਏ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਦਰਅਸਲ ਪੁਲਿਸ ਨੇ ਇਸ ਹੋਟਲ ਵਿੱਚ ਛਾਪੇਮਾਰੀ ਦੌਰਾਨ ਦੋ ਜੋੜਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ, ਪਰ ਬਾਅਦ ਵਿੱਚ 30,000 ਰੁਪਏ ਰਿਸ਼ਵਤ ਲੈਣ ਤੋਂ ਬਾਅਦ ਛੱਡ ਦਿੱਤਾ। ਇਹ ਸਾਰੀ ਘਟਨਾ ਹੋਟਲ ਵਿੱਚ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੇ DVR ਲੈਣ ਦੇ ਲਈ ਆਖਿਆ ਤਾਂ ਹੋਟਲ ਦੇ ਮਾਲਕ ਦੇ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਡੀਸ਼ਨਲ ਸੱਚ ਉਹ ਝੜਿੱਕ ਹੈਗਾ, ਉਹਨਾਂ ਦੀ ਪੁਲਿਸ ਨੇ ਰੇਡ ਕਰੀ ਹੈਗੀ ਹੈ ਔਰ ਉੱਥੇ ਇੱਕ ਲੜਕੇ ਨੂੰ ਕੁੱਟਿਆ ਮਾਰਿਆ, ਜਿਸ ਦੀ ਇਨਕੁਆਇਰੀ ਮੈਂ ਕਰ ਰਿਹਾ ਹੈਗਾ ਅਤੇ ਜਿਸ ਦੇ ਰਿਗਾਰਡਿੰਗ ਅਸੀਂ ਉਹਨਾਂ ਨੂੰ 3-4 ਔਫੀਸਰਸ ਨੂੰ ਸਸਪੈਂਡ ਵੀ ਕੀਤਾ ਔਰ ਉਹਨਾਂ ਦੀ ਇਨਕੁਆਇਰੀ ਵੀ ਕਰ ਰਹੇ ਹਾਂ ਔਰ ਆਫਟਰ ਇਨਕੁਆਇਰੀ ਪਤਾ ਲੱਗਣਾ ਕੀ ਸੱਚਾਈ ਹੈ ਅਤੇ ਕਿੱਥੋਂ ਤੱਕ ਇਹ ਕੌਣ ਗਲਤ ਹੈ ਕੌਣ ਠੀਕ ਹੈ।